ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਜਿਵੇਂ ਤੁਹਾਨੂੰ ਫਰੈਂਡਸ ਪਤਾ ਹੈ, ਮੈਂ ਪੇਕੇ ਆਈ ਹੋਈ ਹੈ। ਮੇਰੇ ਪਾਪਾ ਬਿਮਾਰ ਸੀਗੇ ਤੇ ਮੈਂ ਉਹਨਾਂ ਨੂੰ ਸਵੇਰੇ ਦਵਾਈ ਦਵਾ ਕੇ ਲਿਆਈ ਹਾਂ ਪਹਿਲਾਂ ਤਾਂ ਜਾ ਕੇ, ਤੇ ਅਸੀਂ ਆਏ ਹਾਂ ਹੁਣ, ਘੰਟਾ ਹੋ ਗਿਆ ਸਾਨੂੰ ਆਇਆ ਨੂੰ। ਫਿਰ ਨਹਾ ਨਹੂ ਕੇ ਹੁਣ ਚਾਹ ਲੱਗੇ ਹਾਂ ਪੀਣੇ। ਰੋਟੀ ਤਾਂ ਮੈਂ ਖਾਈ ਨੀ, ਮੰਮੀ ਕਹ ਰੋਟੀ ਖਾ ਲੈ, ਰੋਟੀ ਪਾਪਾ ਜੀ ਨੇ ਵੀ ਨੀ ਖਾਈ ਹੈਗੀ ਕਿਉਂਕਿ ਮੂੰਹ ਕੌੜਾ ਹੋਇਆ ਪਿਆ ਬੁਖਾਰ ਹੋਣੇ ਕਰਕੇ, ਤੇ ਹੁਣ ਆਪਾਂ ਚਾਹ ਪੀਨੇ ਆ। ਤੁਹਾਨੂੰ ਪਤਾ ਜਦੋਂ ਬੰਦਾ ਬਿਮਾਰ ਹੋ ਜਾਂਦਾ ਹੈ ਫਿਰ ਕੁਛ ਵੀ ਖਾਣ ਨੂੰ ਦਿਲ ਨੀ ਕਰਦਾ ਹੈਗਾ। ਟਾਈਫਾਇਡ ਹੋ ਗਿਆ ਜੇ ਲਾਈ ਪਾਪੇ ਸੂਈ ਪਾਪਾ ਕਰੇ ਉਈ। ਅੱਜ ਮੰਗਲਵਾਰ ਹੈ, ਚੂਹੇ ਕੋ ਬੁਖਾਰ ਹੈ, ਚੂਹਾ ਗਿਆ ਹੈ ਉਸਕੇ ਬਾਅਦ ਡਾਕਟਰ ਨੇ ਲਾਈ ਸੂਈ, ਚੂਹਾ ਗਿਆ ਹੈ ਉਈ ਉਈ ਉਈ। ਨਾਨੂ ਨੇ ਵੀ ਕਰਤੀ ਉਈ ਉਈ ਉਈ। ਜਦ ਤੇਰਾ ਹੋ ਗਿਆ ਟੈਸਟ, ਜਦ ਤੈਨੂੰ ਪਤਾ ਤਾਂ ਲੱਗਿਆ ਹਨਾ। ਅਗਰ ਮੈਂ ਟੈਸਟ ਤਾਂ ਲਈ ਨਹੀਂ ਹੈਗੀ, ਮੈਂ ਲੇਟ ਤਾਂ ਲਈ, ਇਹਨੂੰ ਪਤਾ ਨਹੀਂ। ਮੈਂ ਕਿਹਾ ਉੱਧਰ ਦੇਖ ਉੱਧਰ ਨੂੰ। ਖਾ ਲੈ ਹੋਰ ਖਾ ਲੈ ਬਸ, ਸੱਤ ਖਾ ਕੇ ਜਾਏਗਾ ਤੇ ਹੋਰ ਕੁਛ ਨੀ। ਉਹਦਾ ਆਸਾ ਉਹ ਪੁੱਤਰ ਨੂੰ ਆਜ ਮਾਮੂ ਦੇ ਕੇ ਮੁਗਾਵਾਂ ਤੇ ਜੋ ਟੀਸ਼ੂ ਨੂੰ ਬੁਲਾਵਾਂ, ਜਿੰਦੇ ਦੇ ਨੰਬਰ ਲੈ ਲਾ ਲੈ, ਮੈਂ ਮੰਮੂ ਕੋਲ ਫੋਨ ਬੁਲਾ ਦੇ, ਮੰਮੂ ਕੋਲ ਆਏ ਮੈਨੂੰ ਸਿੱਖੇ ਦਾ ਨੰਬਰ ਦੇ ਦੇ।
ਵਧੀਆ, ਤੂੰ ਸੁਣਾ ਕੀ ਕਰ ਰਹੇ? ਦੀਸ਼ੂ ਨੇ ਕੀ ਕਰ ਰਹੀ ਆ? ਫੇਰ ਮਰਜ਼ੀ ਉਰੇ ਨੂੰ ਭੇਜ ਦਿੰਦੀ, ਮਰਜ਼ੀ ਉਹ ਤੂੰ ਖੇਡ ਲੇਗਾ ਜਾਂ ਜੀਣ ਲੱਗ ਰਿਹਾ ਹੈਗਾ। ਚਲੋ ਜੀ ਆਪਾਂ ਚੱਲੇ ਆਬਾਦੀ ਵਿੱਚ, ਇੱਧਰ ਉਧਮ ਜਾ ਰਿਹਾ, ਉਹ ਮੰਮੀ ਪਿੱਛੇ ਆ ਰਿਹਾ ਹਜੇ। ਆਏ ਮੰਮੀ ਛੇਤੀ ਆ ਜਾ। ਚਾਹ ਆਪਾਂ ਨੇ ਪੀ ਲਈ। ਤੁਹਾਨੂੰ ਆਬਾਦੀ ਦੀ ਸੈਰ ਕਰਾ ਕੇ ਮੰਮੀ ਨਾਲ ਕੀ ਲਾਇਆ ਹੋਇਆ। ਪਾਪਾ ਠੀਕ ਹੈ ਹੁਣ? ਸਤਿ ਸ਼੍ਰੀ ਅਕਾਲ ਤਾਏ, ਹੋਰ ਠੀਕ ਹੈ? ਮੈਂ ਵੀ ਠੀਕ ਹੈ। ਉਹ ਤਾਂ ਪੁੱਠਾ ਵੀ ਮੁੜਿਆ ਆ। ਕੀ ਗੱਲ ਹੋ ਗਈ? ਗੇੜਾ ਕੱਢਣਾ? ਉਰੇ ਕਿੰਨਾ ਕਵਾੜ ਜਾ ਹੋ ਗਿਆ ਹਨਾ ਮੰਮੀ। ਉਹ ਆਲੂ ਕਿਹਨੇ ਰੱਖੇ ਹੋਏ ਉਰੇ? ਦੇਖੋ ਆਪਾਂ ਤੁਹਾਨੂੰ ਇੱਧਰ ਪਿੰਡਾਂ ਦੇ ਗੁਹਾਰੇ ਦਿਖਾਉਂਦੇ ਆ, ਪਾਥੀਆਂ ਗੁਹਾਰੇ। ਅੰਦਰ ਕਿਸ ਤਰ੍ਹਾਂ ਬੜੇ ਕੁਲ ਚੜਾਉਣੀ ਪੈਣੀ? ਦੋ ਲੰਘਿਆ ਦੁਬਾਰੇ ਬਾਹਰ। ਕਿੱਥੇ ਲੰਘਿਆ? ਆ ਜਾਏਗਾ, ਚਲ ਕੋਈ ਨੀ। ਪਹਿਲਾਂ ਬੀਜੀ ਜਿਹੜੀ ਹੋ ਜਾਂਦੀ ਜਾਂ ਧੁੱਪ ਦੀ। ਇੱਧਰ ਇਹਨਾਂ ਨੇ ਆਲੂ ਰੱਖੇ ਹੋਏ ਹੈ। ਕਿਆ ਰੇਟ ਵੇਚ ਰਿਹਾ? ਲਾਲ ਆਲੂ ਹੈ ਤਾਂ। ਅੱਛਾ ਦਵਾਈ ਲਾਈ ਹੈ। ਦੇਖੋ ਜੀ ਇੱਧਰ ਮੰਮੀ ਨਾਲ ਲਾਇਆ ਹੋਇਆ ਗਠੇ ਹੈ ਕਿ ਲਸਣ ਹੈ? ਆਹ ਲਾਇਆ ਹੋਇਆ ਲਸਣ, ਇੱਧਰ ਵੀ ਲਸਣ, ਉਹ ਮੇਥੀ, ਅੱਗੇ ਮੇਥੇ, ਸਾਗ, ਪਾਲਕ, ਧਨੀਆ, ਸਾਰਾ ਕੁਛ ਬੀਜਿਆ ਹੋਇਆ ਹੈ। ਹਾਂ ਕੋਈ ਨੀ, ਉੱਚੀ ਖੜਾਇਆ ਪੁੱਤ। ਮੰਮੀ ਤੋੜ ਰਹੇ ਨਿੰਬ ਦੀ ਦਾਤਣ। ਗਲੋ ਵੀ ਵੇਲ? ਅੱਛਾ ਉਹਦੇ ਕਿੱਥੇ ਲੱਗ ਰਹੀ ਹੈ? ਮੰਮੀ ਤੋੜ ਰਹੇ ਗਲੋ ਦੀ ਵੇਲ, ਨਿੰਬ ਦੇ ਉੱਪਰ ਚੜੀ ਵੀ ਆਹ। ਇੱਧਰ ਆਲੂ ਪਏ ਨੇ, ਇਹ ਆਲੂ ਹੈਗੇ ਜਿਹੜੇ ਬੀਜ ਦੇ ਬੀਜਣੇ ਨੇ ਇਹ ਆਲੂ। ਮਿਰਚਾਂ ਆਹ ਸੰਤਰਿਆਂ ਦਾ ਪੇਡਾ ਦੇਖੋ ਭਰਿਆ ਪਿਆ ਏ।
ਪੱਕੇ ਨਹੀਂ ਹੈ, ਕਿੰਨੇ ਝਾੜ ਰਹੇ ਆ ਤਾਂ ਦੇਖੋ ਇਹ ਸੰਗਤਰੇ ਲੱਗੇ ਹੋਏ ਨੇ, ਬੜੇ ਹੋਏ ਜੇ ਕੱਚੇ ਨੇ। ਆਜਾ ਕੋਈ ਨੀ ਕੱਚੇ ਤੋਂ ਬਾਕੀ ਫਿਰ ਆਪਾਂ ਪੱਕੇ ਹੋਏ ਤੋੜ ਕੇ ਲੈ ਜਾਇਆ ਕਰਾਂਗੇ। ਇਹ ਹੈਗੇ ਨਿੰਬੂ, ਦੇਖ 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 ਸਾਰੇ ਸਾਰੇ ਗੱਤੇ ਲੈ ਲਏ ਪੱਕੇ ਜਣੇ। ਚੜੇ 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 ਹੁਣ ਨਲਾਉਂਗੀ ਤੈਨੂੰ ਜਾ ਕੇ ਦੇਖੀ। ਮੈਂ ਨਹੀਂ ਨਹਾਣਾ ਉਹਨਾਂ ਨੂੰ, ਪਿੰਡਾਂ ਦਾ ਪਾਣੀ ਆ ਬਸ ਦਾ। ਗੀਜ਼ਰ ਲਾ ਦਿੰਦੇ, ਗੀਜ਼ਰ ਲਾ ਦੇ। ਆ ਦੇਖ ਪਿੱਛੇ ਹੋ ਜਾ, ਪਿੱਛੇ ਹੋ ਜਾ, ਪਿੱਛੇ ਹੋ ਜਾ। ਦੇਖ ਦੇਖ ਬਿਨਾਂ ਹੱਥ ਲਾਏ ਤੇ ਮਾਦਾ ਭਾਈ ਆਪਣੀ ਸਾਰੇ ਨਹੀਂ ਚਾ। ਕੱਲ ਨੂੰ ਦੇ ਹੈਗੇ, ਮਰ ਜੇ ਮੈਂ ਧੁੱਪ ਜੀ ਲੱਗ ਜਾਏਗੀ। ਹਾਂ ਹਾਂ ਜੇ ਉਹ ਮੂਲੀਆਂ ਉਹਦੇ ਨਾਲ ਫਿਰ ਵਿੱਚ ਪਤਲੀ ਪਤਲੀ ਕੱਢ ਕੇ ਖਾਈ ਜਾਏਗੇ, ਫਿਰ ਹੋਈ ਜਾ ਮੋਟੀ ਮੋਟੀਆਂ ਹੋ ਜਾਈਆਂ। ਬਸ ਕੋਈ ਖਾਂਦਾ ਤਾਂ ਨਹੀਂ, ਟਮਾਟਰ ਨਹੀਂ ਆਪਣਾ ਖਾਂਦੇ ਨਹੀਂ। ਮੈਂ ਗਾਜਰਾਂ ਵਾਂ। ਨਹੀਂ ਆਂਦੀਆਂ ਕਹਿੰਦੇ ਹੈ, ਚਲੇ ਗਿਆ ਉਹਦਾ, ਦਿਖ ਵੀ ਨੀ ਰਿਹਾ ਕਿਧਰ ਜਾਂਦਾ। ਡਾਕਟਰ ਨੇ ਕਿਹਾ ਹੈ ਵੀ ਉਹ ਨਹੀਂ ਦੇਣਾ ਹੈਗਾ, ਮਸੰਮੀ ਕਾ ਜੂਸ ਨਹੀਂ ਦੇਣਾ, ਖੱਟਾ ਹੈ ਯਾਰ। ਕੋਈ ਨਹੀਂ ਉਹਨਾਂ ਕੱਪਾ ਪੀਲੂ ਮੈਂ ਬਣਾ ਕੇ, ਫਿਰ ਪਪੀਤਾ ਦੇ ਦੂੰਗੀ ਕੱਟ ਕੇ। ਹੁਣ ਟੈਸਟਾਂ ਨੂੰ ਸ਼ਾਮ ਨੂੰ ਰਿਪੋਰਟਾਂ ਆਉਂਗੀਆਂ, ਕੱਲ੍ਹ ਜਾਊਂਗੇ ਫਿਰ ਕੱਲ੍ਹ ਬਤਾ ਦਿੱਤਾ। ਬ੍ਰੇਕ ਲਾ ਲੇ ਕਰ ਆਵੀ ਦੀਸ਼ੂ। ਸਤਿ ਸ਼੍ਰੀ ਅਕਾਲ।
ਕਿਆ ਕਰ ਰਹੇ ਥੇ ਉਹ ਕਿਆ ਕਰ ਰਹੇ ਥੇ ਉਹ ਖੇਡ ਰਹੇ ਥੇ ਕਿਆ ਖੇਡ ਰਹੇ ਥੇ ਕਿਹੜੀ ਕਲਾਸ ਚ ਹੋ ਗਏ ਤੁਮ ਫੋਰਥ ਚ ਪੇਪਰ ਹੋਲੇ ਰੋਜ਼ ਹੁੰਦੇ ਕਿੰਨੇ ਰਹਿ ਗਏ ਡੇਲੀ ਨਹੀਂ ਹਮੇਸ਼ਾ ਮਤਲਬ ਕਰੇ ਕਰੇ ਹੋਮ ਹੋਏ ਕਿੰਨੇ ਰਹਿ ਗਏ ਪੇਪਰ ਪੇਪਰ ਹਲੇ ਹੀ ਹੈਗੇ ਹਲੇ ਵੀ ਤੇ ਉਹ ਪੁੱਤ ਤੋਂ ਅਗਰ ਬਾਈ ਹੈ ਨਾ ਜੇ ਦੰਤਣ ਜੇ ਦੀ ਸੁਖੇਲ ਜ ਦੰਤਣ ਦਾ ਦਸਤਨ ਉਹ ਆ ਰੇ ਕੋਰ ਆ ਰੇ ਕੋਣ ਉਹ ਮੁੰਡੇ ਨੂੰ ਕਿਹਨਾਂ ਦੇ ਸੇਬੀ ਨੂੰ ਉਹ ਦੂਸਰਾ ਨਾ ਆ ਰੇ ਤਾਂ ਆਪਾਂ ਆ ਕੇ ਹੋਏਗਾ ਆਪਣੇ ਘਰਾਂ ਉਹ ਦੂਸਰਾ ਸਾਈ ਮੰਮੀ ਆ ਕੁੱਤਾ ਕੌਣ ਚਲਾ ਰਿਹਾ ਪਟਾਕੇ ਦੇਖਾਂ ਦੇਖਾਂ ਕਿਹੜਾ ਚਲਾ ਰਿਹਾ ਅੱਛਾ ਉਹ ਮੁੰਡਾ ਚਲਾ ਰਿਹਾ ਕਹਿੰਦੇ ਆ ਜਾ ਅੜੀ ਦਿਸ਼ੂ ਸਾਈਕਲ ਚਲਾਏਗੀ ਹੈਂ ਐਂ ਖੇਡ ਲੈ ਫਿਰ ਫਿਰ ਤਾਂ ਸਾਈਕਲ ਤੂੰ ਵੀ ਚਲਾ ਚੱਲ ਦਿਸ਼ੂ ਚਲਾ ਲੈ ਸਾਈਕਲ ਉਹ ਤਾਂ ਐਂ ਖੇਡਣ ਆਈ ਐਂ ਖੇਡ ਲੈ ਕਿਆ ਖੇਡਣੇ ਖੇਡ ਲੈ ਘੜੀ ਹੋਰ ਫੇਰ ਪੱਕ ਦੇਗੀ ਪਹਿਲੇ ਦੀ ਸ਼ੁਰੂ ਫਿਰ ਉਹਨੇ ਚਲੀ ਜਾਣਾ ਮੈਂ ਹੁਣ ਕਿੱਥੇ ਲੰਘਿਆ ਆਪਾਂ ਬਈ ਛੋਟੀਆਂ ਸਾਨੂੰ ਲੋੜ ਨਹੀਂ ਸਾਈਕਲ ਦਾ ਆਰਾਮ ਕਰ ਲੰਦੇ ਜੀ ਕਲੀ ਛੋਟੀ ਜਾਂ ਮੋਟੀ ਸਾਈਕਲ ਹੋਆ ਆਰਾਮ ਨਾਲ ਸਾਈਕਲ ਬਾਕੀ ਹੋਆ ਚੱਲ ਬੱਚੇ ਦੀ ਹੈ ਚੱਲ ਬਾਰੀ ਦੇ ਮੈਂ ਬਾਰੀ ਦੇ ਚੱਲ ਦੀਸ਼ੂ ਬਾਰੀ ਦੇ ਤੂੰ ਕਿਆ ਚੁੰਡਣ ਲੱਗੀ ਵੀ ਹੈ ਜੇ ਸਾਫ ਕਰਕੇ ਬਾਗ ਹੋਏਗੀ ਅੱਛਾ ਜਿੰਨਾ ਮਰਜ਼ੀ ਬੁਖਾਰ ਹੋਇਆ ਕਿ ਲੋਕ ਵੀ ਬੇਲ ਕਾ ਪਾਣੀ ਪੀ ਲੈ ਬਾਗ ਅੱਛਾ ਬੁਖਾਰ ਖੜੇ ਨਹੀਂ ਰਹਿੰਦਾ ਜੋ ਮਰਜ਼ੀ ਹੋਵੇ ਜੋ ਮਰਜ਼ੀ ਹੋਵੇ ਤੈਨੂੰ ਲੈਣੇ ਤੂੰ ਲੈ ਜਾਂਦੀ ਨੇ ਸਕਾ ਲਿਓ ਤੁਮੇ ਸਕਾ ਕੁੱਟ ਲੈ ਜਾਂ ਦੀਸ਼ੂ ਕਿੱਥੇ ਚਲੀ ਹੈ ਆ ਤਾਂ ਪਾਪੇ ਨੂੰ ਗਲੋ ਕੀ ਵੇਲ ਦੇਗੀ ਪਾਪੇ ਕੀ ਮੈਡਮ ਮੈਡਮ ਕਾ ਮਾਸਟਰ ਫਿਰ ਨੀ ਠੀਕ ਹੋਇਆ ਹੈ ਗਲੋ ਕਾ ਵੇਲ ਪੀ ਪੀ ਹੈ ਮਾਸਟਰ ਨਹੀਂ ਟੱਪਣੇ ਪੁੱਤ ਕੋਠੇ